ਮੈਂ ਬਾਹਰ ਚਲੇ ਗਿਆ ਇਹ ਉਹਨਾਂ ਦੀ ਜ਼ਬਾਨੀ ਸੀ ਉਹਨਾਂ ਤੋਂ ਬਾਅਦ ਜੋ ਸ਼ਹੀਦਾਂ ਪਰਿਵਾਰਾਂ ਦੀ ਹਾਲਤ ਹੈ ਸੁਦਾਸ ਨੇ ਨੇੜਿਓਂ ਹੋ ਕੇ ਵੇਖੀ ਇਹ ਸਾਡੀ ਕੌਮ ਦਾ ਦੁਖਾਂਤ ਹੈ ਜੇ ਅਸੀਂ ਉਹਨਾਂ ਦੀ ਸਾਰ ਨਾ ਲਈਏ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।